हेलो गाइस, कितना हो सारे? वेलकम टू अवर यूट्यूब चैनल पक्के यार एलएलबी वाले। आज साढ़े कॉलेज विच एनुअल स्पोर्ट्स डे मनाया जा रहा है। आज जतिन जी ने रेस च पार्ट लिता वा, किन्नी 100 मीटर 100 मीटर रेस च इन्हां दा पार्ट लिता। देखो की करदे आ, पर अपनी उम्मीद है कि जितूगे, बाकी देखदे आ। होर किदा नमन, किदा तार, हैप्पी बर्थडे। हैप्पी बर्थडे जतिन जी ने रेस च पार्ट लिता, कोई दसो इन्हां बारे। जतिन दा फस्टी आणा यार, पता ही है पिछों की मुरो ये नहीं पता है ना, जतिन पिछों आऊंगा कि मुरो। हाँ जी जतिन जी, हुण कोई यार गलबात सुना दो, हासा हूसा पा दो यार कोई। हासा? हाँ। अज स्पोर्ट्स आउटफिट पाई पई है, माड़ा दिखाओ अपने फैंस नूं, खड़े हो किदां महाराज? ओह आ पजामा नाल ही की मंके पाया गए तू नाल ही यार। किन्ने दा लैता ट्रैक सूट? इह 450 दऊंगा। चश्मा लाया पिया, चक्कर की है? कारण की है चश्मा लाने का? ओदा यार अज मनिया करदे धुप बोना, मैं चल ला लें। अच्छा उस दिन भूंड दे स्वेलिंग उतर गई कि नहीं उतरी? ਉੱਤਰ ਕੀ ਸੀ ਯਾਰ, ਤੇਰੇ ਅਗਰੇ ਭੂੰਡ ਬਹੁਤ ਘੁੰਮਦੇ ਆ, ਕੋਈ ਨਾ ਕੋਈ ਲੜ ਪੈਂਦਾ ਰੋਜ਼। ਅੱਛਾ ਜੇ ਚਸ਼ਮਾ ਲਾ ਕੇ ਤਾਂ ਦਿਖਾਓ ਇਹਦਾ ਆਪਣਾ ਕਿੱਦਾਂ ਦਾ ਹੈ। ਆਹ ਦੇਖੋ ਮਾਰੇ, ਹੁਣ ਤਾਂ ਸਹੀ ਹਾਲਤ ਕੰਡੀਸ਼ਨ ਦੇਖੋ, ਮਾੜੀ ਲੜੀ ਵੀ ਆ ਦੇਖੋ ਬਾਬਾ, ਇੱਥੇ ਹੀ ਸ਼ਾਂ ਰਹਿ ਗਿਆ। ਉਹਦਾ ਸੈੱਟ ਆ ਕੰਮ ਹੋਇਆ ਨਹੀਂ, ਹੋਇਆ ਨਹੀਂ, ਠੀਕ ਹੋਇਆ ਨਹੀਂ। ਹਾਂ ਯਾਰ ਜਤਿਨ ਲੜਿਆ ਹੀ ਬਹੁਤ ਜ਼ੋਰ ਨਾਲ ਉਸ ਦਿਨ। ਗਾਇਸ ਹੁਣ ਸਾਡੇ ਦੋਸਤ ਜੈ ਦੀ ਰੇਸ ਸ਼ੁਰੂ ਹੋਣ ਵਾਲੀ ਹੈ। ਜਤਿਨ ਦੀ ਰੇਸ ਆ, ਜਤਿਨ ਦੀ ਵੀ ਤਾਂ ਮੇਰੀ ਵੀ ਰੇਸ ਆ, ਤੇ ਜੈ ਦੀ ਵੀ ਸ਼ੁਰੂ ਹੋਣ ਵਾਲੀ ਹੈ 200 ਮੀਟਰ ਦੇ ਵਿੱਚ, ਤੇ ਅਸੀਂ ਹੁਣ ਉਹਦੀ ਰੇਸ ਨੂੰ ਦੇਖਣ ਜਾ ਰਹੇ ਆ ਸਾਰੇ ਜਣੇ। ਤੇ ਤੁਸੀਂ ਸਾਰੇ ਜਣੇ ਐਕਸਾਈਟਿਡ ਆ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਸਾਡਾ ਜਤਿਨ ਸ਼ਾਹ ਜੀ ਦੇਖੋ ਕੀ ਕਰਦਾ ਅੱਜ। ਤੇ ਤੁਸੀਂ ਆਪਣੀ ਕੁਰਸੀ ਦੀਆਂ ਪੇਟੀਆਂ ਬੰਨ ਕੇ ਰੱਖੋ, ਤੇ ਕਿਤੇ ਜਾਈਓ ਨਾ, ਪੂਰੀ ਵੀਡੀਓ ਦੇਖਿਓ। ਓਕੇ ਸਾਡੇ ਜਤਿਨ ਜੀ ਅੱਜ ਰਿਲੇਅ 'ਚ ਪਾਰਟ ਲਿੱਤਾ ਪਿਆ ਵਾ, 100 ਮੀਟਰ ਰੇਸ ਆ ਇਹਨਾਂ ਦੀ। ਦੇਖੋ ਅੱਜ ਕੀ ਕਰਦੇ ਆ, ਕੀ ਨਵਾਂ ਚੰਨ ਚੜ੍ਹਦੇ ਆ। ਸ਼ਾਬਾਸ਼ ਜਤਿਨ, ਸ਼ਾਬਾਸ਼ ਜਤਿਨ, ਸ਼ਾਬਾਸ਼ ਜਤਿਨ, ਸ਼ਾਬਾਸ਼ ਜਤਿਨ। ਘਬਰਾਹਟ ਹੁੰਦੀ ਪਈ ਆ? ਇੱਦਾਂ ਹੀ ਆਇਆ ਵਾਪਸ, ਛੱਡ ਬੇਇੱਜ਼ਤੀ ਕਿਉਂ ਕਰਾਣੀ ਯਾਰ? ਬਸ ਸਹੀ ਆ, ਸਹੀ ਆ, ਇੱਦਾਂ ਹੀ ਇੱਦਾਂ। ਬੈਸਟ ਆਫ ਲੱਕ ਬ੍ਰੋ, ਜਿਤਨਾ ਪਹਿਲੇ ਨੰਬਰ 'ਤੇ ਆਉਣਾ ਤੂੰ। ਆਪਣੇ ਜਤਿਨ ਜੀ ਨੇ ਹੁਣ ਸਟਾਰਟ ਲੈ ਲਿਆ ਵਾ, ਦੇਖਦੇ ਹਾਂ ਆਪਣੀ ਪੋਜੀਸ਼ਨ 'ਤੇ ਆ ਗਏ ਹੋਏ, ਦੇਖਦੇ ਕੀ ਬਣਦਾ। ਪਰ ਲੱਗਦਾ ਅੱਜ ਜਿੱਤੀ ਹੋਊਗੇ, ਬਸ ਬੇਇੱਜ਼ਤੀ ਨਾ ਕਰਾਵੇ ਆ। ਚੱਲ ਪਿੱਛੋਂ ਲਾਸਟ ਚਣਾ ਪਿਆ, ਬਸ ਵਿਚਲੇ ਦੇ ਆਈ ਜਿਆਦਾ ਬੇਇੱਜ਼ਤੀ ਹੋਣੀ ਚਾਹੀਦੀ ਹੈ ਨਾ ਅਵਤਾਰ, ਜ਼ਿਆਦਾ ਬੇਇੱਜ਼ਤੀ ਨਾ ਹੋਵੇ। ਸ਼ਾਬਾਸ਼ ਜਤਿਨ, ਸ਼ਾਬਾਸ਼ ਚੱਲ ਚੱਲ ਜਤਿਨ ਤੇ ਮੈਨੂੰ ਕੌਨਫੀਡੈਂਸ ਤੋਂ ਲੱਗਦਾ ਪਿਆ ਜਿੱਤਣਾ ਨਹੀਂ ਇਹਨੇ। ਪਤਾ ਨਹੀਂ ਪਜਾਮਾ ਚੱਕ ਲਿਆ ਉਹਨੇ, ਪਜਾਮਾ ਉਹਨੇ ਪਹਿਲੇ ਹੀ ਚੱਕ ਲਿਆ ਵਾ, ਹੈ ਕੋਈ ਗੱਲ ਬਾਤ। ਜਤਿਨ ਜੀ ਬਹਿ ਰਹੇ ਆ, ਗੋਡਿਆਂ ਭਰ ਬਹਿ ਗਏ ਆ ਜਤਿਨ ਜੀ, ਬਸ ਨੂੰ ਖੜੇ ਹੋ ਜਾ ਟਾਈਮ ਤੇ, ਬੈਠੀ ਨਾ ਰਹੇ। ਉਹ ਦੇਖੋ ਜੀ ਪੂਰ ਬਣ ਗਏ, ਬੈਠਣ ਵਾਲਾ ਪੂਰ ਬਣ ਗਿਆ। ਸ਼ਾਹ ਜਤਿਨ ਉਹ ਇਹ ਤਾਂ ਗਾਮਾ ਭਾਜੀ, ਉਹ ਗਾਮਾ ਭਾਜੀ, ਉਹ ਗਾਮਾ ਭਾਜੀ, ਉਹ ਆਦਾ ਜੀ, ਇਹ ਤਾਂ ਕੋਸਾ ਦਾ ਬੋਬੀ ਦੀ, ਉਹ ਹੀ ਕੰਮ ਹੋਇਆ ਲੈ ਉੱਠੀ ਦੀ, ਉਹ ਇਹ ਤਾਂ ਹੁਣ ਪਹੁੰਚ ਆਇਓ ਮਾਲੇ ਜਾ ਕੇ ਆਈਏ ਇਹਨਾਂ ਤੋਂ। ਦੇਖੋ ਜੀ ਕੋਸਾ ਕੀ ਹੋਇਆ, ਕੋਸਾ
ਕੀ ਹੋਇਆ ਤੁਹਾਨੂੰ ਸਟਾਰ ਸਾਡਾ ਗੋਡਿਆਂ ਤੋਂ ਖੜੇ ਨਹੀਂ ਹੋਇਆ ਗਿਆ ਉਹ ਅੱਧੇ ਰਾਜ ਪੁੱਜ ਗਏ ਹੁਣ ਖੜੇ ਜੰਪਿੰਗ ਤਾਂ ਤੂੰ ਇੱਦਾਂ ਕਰਦਾ ਸੀ ਮੈਂ ਫੌਜੀਆਂ ਦੀ ਭਰਤੀ ਕਲੀਅਰ ਕਰਨੀ ਤੂੰ जितना पहले नंबर ते आना तू ਕਹੋਂਗੇ ਜਤਿਨ ਜੀ ਮੈਂ ਨਹੀਂ ਸੀਗਾ ਆ ਸਾਡੇ ਗਾਮਾ ਭਾਜੀ ਐ ਇਹ ਸਾਡੇ ਕੋਸ ਸਾਹਿਬ ਤੁਸੀਂ ਕਿਹਾ ਰਿਲੇ ਚ ਲੈਣਾ ਹੈ ਹੁਣ ਰਿਲੇ ਚ ਲੈਣਾ ਪਾਟ ਛੱਡ ਉਹਨੂੰ ਰਹਿਣ ਦੋ ਮਾਰੇ ਤੁਸੀਂ ਅਗਲੇ ਸਾਲ ਲਿਓ ਕੀ ਹੋਇਆ ਇਹ ਮਾੜੀਆਂ ਆਤਾਂ ਇਹ ਸਾਡੇ ਓਲੰਪਿਕ ਗੋਲਡ ਮੈਡਲਿਸਟ ਹੈਗੇ ਆ ਭਾਜੀ ਇਹਨਾਂ ਤੋਂ ਗੁੱਡੇ ਹੀ ਖੜ ਗਏ ਇਹਨਾਂ ਤੋਂ ਖੜੇ ਹੀ ਨਹੀਂ ਹੋਇਆ ਗਿਆ ਟਾਈਮ ਤੇ ਲੋਕੀ ਸੋ ਮਿੰਟ ਨੱਠ ਕੇ ਇਹਨਾਂ ਨੇ ਬਾਅਦ ਨੱਠਣਾ ਸ਼ੁਰੂ ਕੀਤਾ ਇਹ ਕਿੱਦਾਂ ਹੋਇਆ ਜੀ ਮੈਨੂੰ ਤੂੰ ਕਿਹਾ ਬਲੌਗ ਬਣਾਈ ਤੂੰ ਮੈਨੂੰ ਕਿਹਾ ਮੇਰੀ ਵੀਡੀਓ ਬਣਾਈ ਮੈਂ ਤਾਂ ਬੜੇ ਚਾਹਨਾ ਤੇਰੀ ਵੀਡੀਓ ਬਣਾਉਣਾ ਵੀ ਆਈ ਅਸੀਂ ਤੇ ਤੂੰ ਨੱਠ ਨਹੀਂ ਹੋਇਆ ਪਿੱਛੇ ਨਾ ਇਹ ਤੋਂ ਵਧੀਆ ਜਤਿਨ ਜਤਿਨ ਇਹ ਤੋਂ ਵਧੀਆ ਜੋਗਿੰਗ ਚ ਲੈ ਲੈਂਦਾ ਉਹ ਵਧੀਆ ਯਾਰ ਇਹ ਕੀ ਚੱਲ ਜਤਿਨ ਤੂੰ ਜਿੱਤ ਗਿਆ ਪਿੱਛੋਂ ਤਾਂ ਪਹਿਲੇ ਨੰਬਰ ਤੇ ਆਇਆ ਹੀ ਆ ਸਾਡੇ ਭਰਾ ਦੇ ਪਹਿਲੇ ਹਫ਼ਤੇ ਇੱਕ ਨੰਬਰ ਲਿਖਤਾ ਨੂੰ ਪਤਾ ਸੀ ਉਹਨਾਂ ਨੂੰ ਇੰਨਾ ਨੀ ਪਤਾ ਸੀ ਪਿੱਛੋਂ ਪਹਿਲੇ ਨੰਬਰ ਤੇ ਆਊਗਾ ਚਲੋ ਕੋਈ ਗੱਲ ਨੀ ਕਿਸੇ ਪਾਸੇ ਤਾਂ ਆਇਆ ਹੀ ਆ ਚਾਹ ਸ਼ਾਬਾ ਕੋਈ ਗੱਲ ਹਾਂਜੀ ਜੀ ਹੁਣ ਆਪਣਾ ਰੇਸਾ ਦਾ ਚੱਲ ਰਿਹਾ ਸੀ ਪਾਣੀ ਜਤਿਨ ਕਿੱਦਾਂ ਲੱਗਾ ਤੁਹਾਨੂੰ ਹਾਰ ਕੇ ਦੱਸੋ ਮਾੜਾ ਯਾਰ ਉਹ ਮੈਂ ਨਹੀਂ ਸੀਗਾ ਕੁਝ ਹੋਰ ਸੀਗਾ ਅੱਛਾ ਅੱਛਾ ਚੱਲ ਕੋਈ ਦੱਸਿਓ ਨਾ ਜਤਿਨ ਹਾਰ ਗਿਆ ਯਾਰ ਕਿਸੇ ਨੂੰ ਨਹੀਂ ਦੱਸਣਾ ਠੀਕ ਹੈ ਉਹ ਜੈ ਦੱਸੀ ਨਾ ਯਾਰ ਜਤਿਨ ਹਾਰ ਗਿਆ ਹਾਂ ਬਸ ਆਪਣੇ ਕੋਲੇ ਚ ਸਾਡੇ ਗਰੁੱਪ ਦੇ ਵਿੱਚ ਇੱਕ ਹੋਰ ਨਵਾਂ ਮੁੰਡਾ ਆਇਆ ਇਹਦਾ ਨਾਮ ਭਾਈ ਸ਼ੁਭ ਨਾਮ ਦੱਸੋ ਆਪਣਾ ਤੁਸੀਂ ਦੇਖ ਸਕਦੇ ਆ ਸਾਰੀਆਂ ਕੁੜੀਆਂ ਨੱਚਦੇ ਜਾ ਰਹੀਆਂ ਤੇ ਕੁਛ ਅੱਗੇ ਨਿਕਲ ਗਈ ਹੈ ਕੁਛ ਪਿੱਛੇ ਲੈ ਗਈ ਆ ਓ ਮਾਈ ਗੋਡ ਇੱਕ ਲੜਕੀ ਡਿੱਗ ਗਈ ਹੈ ਪਰ ਉਹਨੇ ਹਿੰਮਤ ਨਹੀਂ ਹਾਰੀ ਉਹ ਨੱਚਦੀ ਪਈ ਆ ਐਂਡ ਤੱਕ ਪਹੁੰਚੂਗੀ ਭਲਾ ਹੀ ਉਹ ਲਾਸਟ ਆਵੇ ਉਹਨੂੰ ਸਾਰੇ ਮੋਟੀਵੇਟ ਕਰੂਗੇ ਪਹੁੰਚ ਗਈ ਤਾਂ ਗਾਇਸ ਆਹ ਅਗਲਾ ਗਰੁੱਪ ਸ਼ੁਰੂ ਹੋ ਗਿਆ ਹੈ ਸਾਰੀਆਂ ਕੁੜੀਆਂ ਤਿਆਰ ਹੋ ਗਈ ਹੈ ਆਪਣੀ ਪੋਜੀਸ਼ਨ 'ਤੇ ਆ ਗਈ ਹੈ ਗਾਇਸ ਵਿੱਚ ਸਾਡੇ ਲੋਅ ਡਿਪਾਰਟਮੈਂਟ ਦੀ ਵੀ ਕੁੜੀ ਹੈ ਜੋ ਕਿ ਨੰਬਰ 1 ਪੋਜੀਸ਼ਨ 'ਤੇ ਜਾ ਰਹੀ ਹੈ ਬਲੈਕ ਪਜਾਮਾ ਪਾਇਆ ਪਿਆ ਉਹਨੇ ਬਸ ਉਹ ਨੱਠਦੀ ਪਈ ਹੈ ਉਹ ਪਹੁੰਚ ਗਈ ਲੋਅ ਡਿਪਾਰਟਮੈਂਟ ਦੀ ਕੁੜੀ ਜਿੱਤ ਗਈ ਗਾਇਸ ਜਿੱਦਾਂ ਕਿ ਮੈਂ ਕਹਿ ਰਿਹਾ ਸੀਗਾ ਅਸੀਂ ਪਹਿਲੇ ਨੰਬਰ 'ਤੇ ਸਾਡੀ ਲੋਅ ਡਿਪਾਰਟਮੈਂਟ ਦੀ ਕੁੜੀ ਆਈ ਹੈ ਅਤੇ ਉਹ ਕੁੜੀ ਆਹ ਆ ਅਤੇ ਤੁਹਾਨੂੰ ਕਿੱਦਾਂ ਲੱਗਾ ਜਿੱਤ ਕੇ ਬਹੁਤ ਵਧੀਆ ਅਤੇ ਤੁਸੀਂ ਉਮੀਦ ਸੀਗੀ ਤੁਹਾਨੂੰ ਇੱਦਾਂ ਜਿੱਤਣ ਦੀ ਪੂਰੀ ਉਮੀਦ ਸੀਗੀ ਪੂਰੀ ਅਤੇ ਪ੍ਰੈਕਟਿਸ ਕਿੰਨੇ ਦਿਨਾਂ ਤੋਂ ਕਰਦੇ ਪਏ ਸੀ ਤੁਸੀਂ ਕੀਤੀ ਹੋਈ ਤਾਂ ਵੀ ਜਿੱਤ ਗਏ ਮੈਨੂੰ ਉਹਨੇ ਮੈਸੇਜ ਆਇਆ ਮੈਂ ਪੜਿਆ ਅੱਛਾ ਜੀ ਇਹ ਤਾਂ ਫਿਰ ਹੋ ਗਈ ਕਿਸਮਤ ਹੀ ਬਹੁਤ ਚੰਗੀ ਅਸੀਂ ਰੇਸ ਦੀ ਪ੍ਰੈਕਟਿਸ ਕਰਦੇ ਪਏ ਸੀ ਆ ਨਮਨ ਜਿਹੜੇ ਸੀਗੇ ਨਾ ਬਹੁਤ ਜ਼ਿਆਦਾ ਫੀਲਿੰਗ ਲੈ ਲਈ ਹੈ ਡਿੱਪ ਆ ਦੇਖੋ ਘੀਸੀਆਂ ਲੱਗੀਆਂ ਇਹਨਾਂ ਦੀਆਂ ਜੀ ਤਾਂ ਵੀ ਸਹੀ ਹੈ ਠੀਕ ਹੈ ਨਮਨ ਠੀਕ ਹੈ ਸਾਹ ਸੁ ਆਉਂਦਾ ਪਿਆ ਸਹੀ ਤੇ ਅਵਤਾਰ ਨੱਠਦਾ ਹੀ ਨਹੀਂ ਪਿਆ ਕਹਿੰਦਾ ਰਹਿਣ ਤੋਂ ਕੋਲੇ ਦੇ ਟੋਏ ਪਏ ਨੇ ਕੋਲੇ 'ਚ ਹੋਰ ਚੀਜ਼ ਅੱਜ ਦੇ ਨੱਠਦੇ ਹੈ ਨਮਨ ਦੇ ਡਿੱਗਣ ਦਾ ਕਾਰਨ ਇਹਨਾਂ ਦੇ ਨੱਠਣ ਦਾ ਤਰੀਕਾ ਹੈ ਇਹ ਸਾਈਕਲ ਵੱਜ ਕੇ ਨੱਠਦੇ ਨਹੀਂ ਆ ਦੇਖੋ ਹੁਣ ਤਾਂ ਇਹਨੇ ਕਹਿਣਾ ਹੀ ਐਵੇਂ ਤੋਂ ਹਾਰ ਗਿਆ ਨੇ ਨੱਠ ਗਿਆ ਜਦੋਂ ਇਹਨੇ ਨਵੇਤਾ ਤੋਂ ਵੀ ਹਾਰਿਆ ਯਾਰ ਤੂੰ ਸ਼ਾਬਾਸ਼ ਜੈ ਨੜਦਾ ਹੀ ਜਾਈ ਸਭ ਤੋਂ ਮੂਹਰੇ ਆ ਹੁਣ ਤੂੰ ਉਹ ਸਾਡੇ ਕੋਚ ਸਾਹਿਬ ਉਹ ਖੜੇ ਆ ਜਤਿਨ ਜੀ ਇਹ ਪਤਾ ਨਹੀਂ ਉਹ ਕੀ ਚੰਨ ਚਾੜੂਗੇ ਨਵਾਂ ਸ਼ਾਬਾਸ਼
ਓਹ ਜੈ 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 ਸ਼ਾਵੇ ਜੈ ਉਹ ਜਤਿਨ ਤੋਂ ਪਹੁੰਚਾ ਉਹ ਜਤਿਨ ਤੋਂ ਪਹੁੰਚਾ ਉਹ ਜਤਿਨ ਉਹ ਸਾਡੇ ਕੋਲ ਸਾਹਿਬ ਆਊਗੇ ਇੱਥੇ ਦੇਖਿਓ ਪੰਜ ਮਿੰਟ ਬਾਅਦ ਆਊਗੇ ਸਾਡੇ ਕੋਲ ਆ ਨਮਨ ਜੀ ਖੜੇ ਤੇ ਆ ਦੇਖੋ ਜੀ ਨਮਨ ਜੀ ਆ ਸਰਦਾਰ ਜੀ ਸਾਡੇ ਕੋਲ ਸਾਹਿਬ ਨਮਨ ਬਾਈਆ ਨਮਨ ਨਮਨ ਬਾਈਆ ਉਹ ਲੈ ਉਹ ਨਮਨ ਆਇਆ ਉਹ ਨਮਨ ਵਾਪਸ ਆਇਆ ਉਹ ਗੰਮੇ ਭਾਜੀ ਵਾਪਸ ਆਇਓ ਉਹ ਰਹਿਣ ਦੇ ਉਹ ਨਮਨ ਰਹਿਣ ਦੇ ਉਹ ਨਮਨ ਰਹਿਣ ਦੇ ਆਇਆ ਉਹ ਹਰਸ਼ ਜੀ ਆ ਉਹ ਖਤਮ ਅੱਜ ਤਾਂ ਜਿੱਤ ਵੀ ਗਏ ਸਾਡੇ ਨੱਠੀਆਂ ਦੇ ਉਹ ਦੇਖੋ ਅੱਜ ਤਾਂ ਗੇਮ ਖਤਮ ਵੀ ਹੋ ਗਈ ਉਹ ਦੇਖੋ ਇਹਨਾਂ ਦੇ ਬੰਦੇ ਯਾਰ ਜਤਿਨ ਛਾਵਾ ਜਤਿਨ ਬਹੁਤ ਵਧੀਆ ਜਤਿਨ ਜੀ ਉਹ ਆ ਗਿਆ ਹਰਸ਼ ਉਹ ਦੇਖੋ ਹਰਸ਼ ਆਇਆ ਛਾਵਾ ਹਰਸ਼ ਆ ਸਾਡੇ ਕੋਚ ਸਾਹਿਬ ਕਿੱਥੇ ਆ ਛੋਲਿਆਂ ਦਾ ਪਾਣੀ ਪੀਆ ਕਰ ਤੂੰ ਪੀਨਾ ਨੀ ਮੈਂ ਜਿੱਤ ਗਿਆ ਹਾਂਜੀ ਨਮਨ ਜੀ ਕਿੱਦਾਂ ਲੱਗਿਆ ਤੁਹਾਨੂੰ ਪਹਿਲਾ ਕੈਮਰਾ ਉਸ ਬੰਦੇ ਵੱਲ ਕੀਤਾ ਜਾਵੇ ਹਾਂ ਜਤਿਨ ਵੱਲ ਇਹ ਬੰਦੇ ਸਭ ਤੋਂ ਜ਼ਿਆਦਾ ਭੋਰੀ ਇਹ ਬੰਦਾ ਭੋਰੂ ਆ ਜੈ ਲੇਟ ਆਇਆ ਜੈ ਅਵਤਾਰ ਬਹੁਤ ਵਧੀਆ ਨੱਠਿਆ ਇਹ ਕੈਮਰੇ ਨਾਲ ਰਿਕਾਰਡਿੰਗ ਕਰਦਾ ਮੇਰੀ ਵਜ੍ਹਾ ਨਾਲ ਕੁਛ ਨੀ ਹੋਇਆ ਜੈ ਤੁਹਾਨੂੰ ਮੈਂ ਜੈ ਦਿਖਾਉਂਦਾ ਸਾਡੇ ਜੈ ਜੀ ਜੈ ਸਾਡੇ ਜੈ ਜੀ ਨੂੰ ਅਸੀਂ ਪੁੱਛ ਰਹੇ ਹਾਂ ਇਹਨਾਂ ਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਵੀ ਮੈਨੂੰ ਪਾਰਟੀਸਪੇਟ ਵਿੱਚ ਨਾ ਕਰਾਓ ਜੈ ਜੀ ਤੁਹਾਡਾ ਕੀ ਵਿਚਾਰ ਆ ਕੀ ਕਹਿਣਾ ਚਾਹੁੰਦੇ ਆ ਅਗਲੇ ਸਾਲ ਪੂਰੀ ਮਿਹਨਤ ਕਰਕੇ ਆਵਾਂਗੇ ਅਸੀਂ ਆਪਾਂ ਵੈਸੇ ਜਿੱਤੇ ਆ ਅਗਲੇ ਸਾਲ ਪੂਰੀ ਮਿਹਨਤ ਕਰਕੇ ਆਵਾਂਗੇ ਦੱਸੋ ਤੁਸੀਂ ਅਗਲੇ ਸਾਲ ਪਹਿਲਾਂ ਆਪਣਾ ਤੂੰ ਨਾ ਬੋਲ ਤੂੰ ਅਗਲੇ ਸਾਲ ਨਹੀਂ ਹੋਣੀ ਜਲਦੀ ਕੁਛ ਨੀ ਕਹਿਣਾ ਚਾਹੂੰਗਾ ਨਮਨ ਤਾਂ ਉਦੋਂ ਪਹੁੰਚਿਆ ਜਦੋਂ ਇੱਕ ਰਾਊਂਡ ਹੋ ਗਿਆ ਸੀ ਨਮਨ ਨੂੰ ਪਾਸ ਹੀ ਨਹੀਂ ਮਿਲਿਆ ਕੋਈ ਨੀ ਟੈਨਸ਼ਨ ਨੀ ਸਨਮਾਨ ਕੀਤਾ ਜਾਵੇ ਹਰਸ਼ ਸਾਰੀ ਰੇਸ ਪੂਰੀ ਨੱਠੀ ਨਮਨ ਲਈ ਤਾਲੀਆਂ ਨਮਨ ਲਈ ਤਾਲੀਆਂ ਨਮਨ ਨੇ ਆਪਣੇ ਗਰਮ ਪਾਣੀ ਨਾਲ ਹੀ ਬੋਤਲ ਕੱਢ ਦਿੱਤੀ ਇਹ ਡਿਗਣ ਦੇ ਬਾਵਜੂਦ ਵੀ ਨੱਠਿਆ ਇਸ ਲਈ ਇਹਦੇ ਲਈ ਤਾਲੀਆਂ ਜੈਲੀ ਦਾ ਥਾਪੀਆਂ ਜੈਲੀ ਜੈਲੀ ਦਾ ਥਾਪੀਆਂ ਤੇਰੇ ਲਈ ਟੁੱਟ ਤੇਰੇ ਲਈ ਟੁੱਟ ਤੂੰ ਵੀ ਮੈਂ ਪਹਿਲੀ ਦੇਸ਼ ਚੋਂ ਵੀ ਹਾਰ ਗਿਆ ਇੱਚੋਂ ਵੀ ਹਾਰ ਗਿਆ ਤੂੰ ਹਾਰਨਾ ਹੀ ਆ ਹਾਂ ਠੀਕ ਹੈ ਆ ਦੇਖੋ ਸਾਡੇ ਕੈਮਰਾਮੈਨ ਇਹ ਤਾਂ ਕਿਸੇ ਲਾਇਕ ਨਹੀਂ ਹੈਗੇ ਇਹ ਕਿਸੇ ਤੁਸੀਂ ਜੀ ਜੀ ਪਾਰਟਿਸਿਪੇਟ ਕਰਨ ਦੇ ਲਾਇਕ ਨਹੀਂ ਹੈਗੇ ਆ ਦੂਜੇ ਨੰਬਰ ਤੇ ਦੇਖੋ ਸ਼ਾਰਟ ਪੁੱਟ ਚ ਨਾ ਲਿਖਾਣ ਗਏ ਸੀਗੇ ਸੂਰਮੇ ਇਹਨਾਂ ਦਾ ਤੀਰ ਕਮਾਨ ਵਾਲੇ ਕੰਪੀਟੀਸ਼ਨ ਚ ਨਾ ਲਿਖ ਲਿਆ ਉਹਨਾਂ ਨੇ ਸ਼ਾਰਟ ਪੁੱਟ ਚ ਯਾਰ ਉਹਨਾਂ ਮੈਂ ਨਾ ਲਿਖਾਣ ਗਿਆ ਸੀ ਸਰ ਕਹਿੰਦੇ ਤੇ ਜ਼ਿਆਦਾ ਜ਼ੋਰ ਆ ਤੂੰ ਜ਼ਿਆਦਾ ਦੂਰ ਮਾਰ ਦੇਣਾ ਫਿਰ ਮਿਲਣੀ ਨਹੀਂ ਬੋਲ ਕਹਿੰਦੇ ਅਗਲੀ ਯਾਰ ਖੇਲੀ ਤੂੰ ਹਰਪ੍ਰੀਤ ਮੇਰੇ ਮਨ ਕੀ ਪ੍ਰੀਤ ਹਰਪ੍ਰੀਤ ਹਰਪ੍ਰੀਤ ਲਿਖਿਆ ਨੀ ਤੇਰਾ ਨਾਮ ਕੀ ਹੋਇਆ ਛੋਟਪੁਰ ਜ਼ਿਆਦਾ ਭਾਰਾ ਮਾਣਾ ਕੱਢ ਲਈ ਜੀ ਅਵਤਾਰ ਦਾ ਬਰਥਡੇ ਸੈਲੀਬ੍ਰੇਟ ਕਰਨ ਆਏ ਮੈਂ ਸੋਇਆ ਕਰੇ ਬੈਠੇ ਹਾਂ ਅਵਤਾਰ ਜੀ ਕੇਕ ਕੱਟੂਗੇ ਅਵਤਾਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਅਵਤਾਰ ਹੈਪੀ ਬਰਥਡੇ ਅਵਤਾਰ ਇੱਧਰ ਆ ਹੈਪੀ ਬਰਥਡੇ ਚੱਲ ਕੇਕ ਕੱਟੇ ਛੱਡਦੇ ਕੇਕ ਕੇਕ ਚੱਲ ਗਿਆ ਹੈ ਮੇਰਾ ਵੀ ਹੈਪੀ ਬਰਥਡੇ ਓਏ ਇਦਾਂ ਨਹੀਂ ਕਰਨਾ ਵੀਡੀਓ ਦੇ ਮੂਹਰੇ ਹੋਣਾ ਕੀ ਜਾਂਦਾ ਹੈਪੀ ਮੈਂ ਕੇਕ ਨਾ ਕਟਾਵਾਂ ਹੈਪੀ
Happy birthday to you. Hey, happy birthday